ਸਤਿ ਸ਼੍ਰੀ ਅਕਾਲ ਦਰਸ਼ਕੋ, ਅੱਜ ਦਾ ਸਾਡੀ ਚਰਚਾ ਦਾ ਵਿਸ਼ਾ hCG ਟੈਸਟ ਹੈ। hCG ਟੈਸਟ ਬਾਰੇ ਮੈਂ ਵੀਡੀਓ ਬਣਾਉਣ ਲਈ ਇਸ ਲਈ ਪੁੱਛਿਆ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਹੈਗੇ ਉਹਨਾਂ ਦੇ ਮਨ 'ਚ ਬਹੁਤ ਸਾਰੇ hCG ਟੈਸਟ ਨੂੰ ਲੈ ਕੇ ਸਵਾਲ ਹੁੰਦੇ ਹਨ ਅਤੇ ਬਹੁਤ ਸਾਰੇ ਫ੍ਰੀਕੁਐਂਟਲੀ ਆਸਕਡ ਕੁਐਸਚਨ ਅਤੇ ਮਿਥਸ ਅਸੀਂ ਇਸ ਵੀਡੀਓ ਦੇ ਮਾਧਿਅਮ ਤੋਂ ਸਮਝਾਂਗੇ। hCG ਟੈਸਟ ਪ੍ਰੈਗਨੈਂਸੀ ਦੀ ਸ਼ੁਰੂਆਤ ਦੀ ਨਿਸ਼ਾਨੀ ਹੈ। ਇਹ ਦੋ ਤਰੀਕੇ ਨਾਲ ਚੈੱਕ ਹੁੰਦਾ ਹੈ, ਯੂਰਿਨ ਟੈਸਟ ਅਤੇ ਬਲੱਡ ਟੈਸਟ। ਯੂਰਿਨ ਟੈਸਟ ਜਿਹੜਾ ਹੈ ਉਹ ਜਿਹੜੀ ਆਮ ਕਿੱਟ ਅਵੇਲੇਬਲ ਹੁੰਦੀ ਹੈ ਉਸ ਤੋਂ ਪਤਾ ਚੱਲਦਾ ਹੈ ਕਿ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਹੈ। ਇਸ ਕਿੱਟ ਦੇ ਉੱਤੇ ਸਾਈਡ 'ਤੇ ਇੱਕ ਜਗ੍ਹਾ ਬਣੀ ਹੁੰਦੀ ਹੈ ਜਿਹਦੇ ਵਿੱਚ ਡਰੋਪ ਨਾਲ ਯੂਰਿਨ ਪਾਉਣਾ ਹੁੰਦਾ ਹੈ ਅਤੇ ਇਹਦੇ ਅੰਦਰ ਜਿਹੜੀਆਂ ਦੋ ਲਾਈਨਾਂ ਨਜ਼ਰ ਆਉਣ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਟੈਸਟ ਪੋਜ਼ਿਟਿਵ ਹੈ। ਜਿਹੜੀਆਂ ਦੋ ਲਾਈਨਾਂ ਬਣੀਆਂ ਹੁੰਦੀਆਂ ਹਨ ਉਹਨਾਂ ਉੱਤੇ ਇੱਕ ਸੀ ਅਤੇ ਇੱਕ ਟੀ ਲਿਖਿਆ ਹੁੰਦਾ ਹੈ। ਸੀ ਯਾਨੀ ਕਿ ਕੰਟਰੋਲ, ਟੀ ਯਾਨੀ ਕਿ ਟੈਸਟ। ਸੋ ਕੰਟਰੋਲ ਲਾਈਨ ਹਮੇਸ਼ਾ ਪੋਜ਼ਿਟਿਵ ਆਉਂਦੀ ਹੈ, ਵੇਅਰ ਐਜ਼ ਜਿਹੜੀ ਟੈਸਟ ਲਾਈਨ ਹੈ ਉਹ ਜਦੋਂ ਪੋਜ਼ਿਟਿਵ ਟੈਸਟ ਆਉਂਦਾ ਹੈ ਉਦੋਂ ਹੀ ਪੋਜ਼ਿਟਿਵ ਆਉਂਦੀ ਹੈ। ਸੋ ਜਦੋਂ ਦੋਨੋਂ ਲਾਈਨਾਂ ਪੋਜ਼ਿਟਿਵ ਹੋਣ ਇਹਦਾ ਮਤਲਬ ਹੈ ਕਿ ਇਹ ਪੋਜ਼ਿਟਿਵ ਹੈ। ਪੁਰਾਣੇ ਟਾਈਮਸ ਵਿੱਚ ਇਹ ਕਿੱਟਸ ਬਹੁਤ ਵਧੀਆ ਨਹੀਂ ਹੁੰਦੀਆਂ ਸਨ, ਪਰ ਹੁਣ ਅੱਜ ਕੱਲ੍ਹ ਦੀ ਰੇਟ ਵਿੱਚ ਇਹ ਕਿੱਟਸ ਬਹੁਤ ਸੈਂਸਿਟਿਵ ਹਨ ਔਰ 99% ਤੋਂ ਜ਼ਿਆਦਾ ਇਹ ਸਹੀ ਦੱਸਦੀਆਂ ਹਨ। ਜੇ ਕੰਟਰੋਲ ਲਾਈਨ ਨਾ ਨਜ਼ਰ ਆ ਰਹੀ ਹੋਵੇ ਜਾਂ ਜੇ ਟੈਸਟ ਅਤੇ ਕੰਟਰੋਲ ਲਾਈਨ 'ਚ ਕੋਈ ਵੀ ਦਿੱਕਤ ਹੋਵੇ ਤਾਂ ਇਹ ਟੈਸਟ ਜਿਹੜਾ ਇਨਵੈਲਿਡ ਹੋ ਜਾਂਦਾ। ਹੁਣ ਜੇ ਬਲੱਡ ਵਿੱਚ ਬੀਟਾ hCG ਦੀ ਵੈਲਿਊ 30 ਤੋਂ ਜ਼ਿਆਦਾ ਹੋਵੇ ਤਾਂ ਇਹ ਯੂਰਿਨ ਵਿੱਚ ਪੋਜ਼ਿਟਿਵ ਆ ਜਾਂਦੀ ਹੈ। ਬਲੱਡ ਟੈਸਟ ਬੀਟਾ hCG ਟੈਸਟ ਜਿਹੜਾ ਹੈ ਉਹ ਕਨਫਰਮੇਸ਼ਨ ਕਰਨ ਲਈ ਕੀਤਾ ਜਾਂਦਾ ਹੈ। ਜੇ ਯੂਰਿਨ ਟੈਸਟ ਪੋਜ਼ਿਟਿਵ ਆ ਜਾਏ ਤਾਂ ਅਸੀਂ ਕਨਫਰਮ ਕਰਨਾ ਚਾਹੀਏ ਅਤੇ ਬਲੱਡ ਟੈਸਟ ਆਉਂਦਾ। ਕੁਝ ਪੇਸ਼ੈਂਟਸ ਪੁੱਛਦੇ ਹਨ ਕਿ ਇਹ ਜਿਹੜੀ ਟੈਸਟ ਲਾਈਨ ਹੈ ਇਹ ਕੰਟਰੋਲ ਲਾਈਨ ਤੋਂ ਥੋੜ੍ਹੀ ਜਿਹੀ ਫਿੱਕੀ ਆਈ ਹੈ। ਪੋਜ਼ਿਟਿਵ ਆਉਣਾ ਆਪਣੇ ਆਪ ਵਿੱਚ ਹੀ ਪੋਜ਼ਿਟਿਵ ਹੈ, ਥੋੜ੍ਹੀ ਬਹੁਤ ਜਿਹੜੀ ਹੈਗੀ ਹੈ ਲਾਈਟ ਲਾਈਨ ਅਤੇ ਥੋੜ੍ਹੀ ਡਾਰਕ ਲਾਈਨ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈ। ਪਰ ਜੇ ਬਹੁਤ ਹੀ ਜ਼ਿਆਦਾ ਫਿੱਕੀ ਲਾਈਨ ਹੈ ਕਿ ਨਜ਼ਰ ਵੀ ਨਹੀਂ ਆ ਰਹੀ ਹੈ, ਫਿਰ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹਦਾ ਮਤਲਬ ਹੈ ਕਿ ਬਲੱਡ ਵਿੱਚ hCG ਦੀ ਵੈਲਿਊ ਥੋੜ੍ਹੀ ਘੱਟ ਹੈ। ਬਲੱਡ ਦੀ ਵੈਲਿਊ ਅਸੀਂ ਇਸ ਤਰ੍ਹਾਂ ਇੰਟਰਪ੍ਰੈਟ ਕਰਦੇ ਹਾਂ ਕਿ ਬਲੱਡ ਦੀ ਵੈਲਿਊ ਜੇ 100 ਤੋਂ ਉੱਪਰ ਹੈ ਤਾਂ ਇਹ ਕਾਫੀ ਵਧੀਆ ਮੰਨੀ ਜਾਂਦੀ ਹੈ, ਔਰ ਜੇ 100 ਤੋਂ ਘੱਟ ਹੈ ਤਾਂ ਫਿਰ ਅਸੀਂ ਇਹਦੇ ਬਾਰੇ ਥੋੜ੍ਹੇ ਜਿਹੇ ਵਰਿਡ ਹੁੰਦੇ ਹਾਂ। ਇਹ ਵੈਲਿਊ ਹਰ 48 ਆਵਰਸ ਬਾਅਦ ਜਾਂ ਹਰ 2 ਦਿਨ ਬਾਅਦ ਡਬਲ ਹੁੰਦੀ ਜਾਂਦੀ ਹੈ ਔਰ ਪ੍ਰੈਗਨੈਂਸੀ ਵਿੱਚ ਇਹ ਥਾਊਜ਼ੈਂਡਸ ਜਾਂ ਲੈਕਸ ਵਿੱਚ ਵੀ ਚਲੀ ਜਾਂਦੀ ਹੈ। ਹੁਣ ਬੀਟਾ hCG ਵੈਲਿਊ ਜਿਹੜੀ ਆ ਯੂਰਿਨ ਟੈਸਟ ਪੋਜ਼ਿਟਿਵ ਹੋਣਾ ਜੇ ਨੈਚੁਰਲ ਕਨਸੈਪਸ਼ਨ ਹੈ ਜਾਂ IUI ਕਨਸੈਪਸ਼ਨ ਹੈ ਤਾਂ ਉਹਦੇ ਵਿੱਚ ਅਸੀਂ ਬਲੱਡ ਟੈਸਟ ਕਰਵਾਉਂਦੇ ਹੀ ਨਹੀਂ ਹਾਂ। ਜਦੋਂ ਪੇਸ਼ੈਂਟ ਦਾ ਪੀਰੀਅਡ ਮਿਸ ਹੁੰਦਾ ਹੈ ਤਾਂ ਉਹਨੂੰ ਇੱਕ ਹਫ਼ਤਾ ਹੋਰ ਵੇਟ ਕਰਨਾ ਹੁੰਦਾ ਹੈ। ਜੇ ਇੱਕ ਹਫ਼ਤਾ ਉੱਪਰ ਹੋ ਗਿਆ ਤਾਂ ਫਿਰ ਇਹ ਯੂਰਿਨ ਟੈਸਟ ਕਰਕੇ ਜੇ ਪੋਜ਼ਿਟਿਵ ਆ ਜਾਂਦਾ ਹੈ ਤਾਂ ਅਸੀਂ ਬਲੱਡ ਟੈਸਟ ਕਰਾਉਂਦੇ ਹੀ ਨਹੀਂ। ਪਰ ਜੇ ਕੋਈ ਪ੍ਰੋਬਲਮਸ ਹਨ ਜਿੱਦਾਂ ਕਿ ਫੋਰ ਐਗਜ਼ਾਮਪਲ ਕੋਈ ਪੇਟ ਵਿੱਚ ਦਰਦ ਹੈ ਜਾਂ ਬਲੀਡਿੰਗ ਹੋ ਰਹੀ ਹੈ ਜਾਂ ਜਿਹੜੀ ਸਾਡਾ ਸਕੈਨ ਹੈ ਅਲਟਰਾਸਾਊਂਡ ਹੈ ਉਹ ਮੈਚ ਨਹੀਂ ਕਰਦਾ ਹੈ ਤਾਂ ਫਿਰ ਅਸੀਂ ਬਲੱਡ ਟੈਸਟ ਦੀ ਕਨਫਰਮੇਸ਼ਨ ਕਰਾਉਣਾ ਚਾਹੁੰਦੇ ਹਾਂ। ਜਿਹੜੀ IVF ਪ੍ਰੈਗਨੈਂਸੀ ਹੈ ਉਹ ਕਿਉਂਕਿ IVF ਪ੍ਰੈਗਨੈਂਸੀ ਹੁੰਦੀ ਹੈ, ਮੋਨੀਟਰਡ ਜ਼ਿਆਦਾ ਹੁੰਦੀ ਹੈ, ਪੇਸ਼ੈਂਟ ਬਹੁਤ ਟੈਨਸ਼ਨ ਲੈ ਰਿਹਾ ਹੁੰਦਾ, ਬਹੁਤ ਜ਼ਿਆਦਾ ਪੈਸੇ ਦਾ ਖਰਚਾ ਹੋ ਰਿਹਾ ਹੁੰਦਾ ਹੈ, ਤਾਂ ਹਰ ਇੱਕ ਚੀਜ਼ ਬਲੱਡ ਟੈਸਟ ਨਾਲ ਹੀ ਟੈਸਟ ਕੀਤੀ ਜਾਂਦੀ ਹੈ। ਯੂਰਿਨ ਟੈਸਟ ਨਾਲ ਪੋਜ਼ਿਟਿਵ ਆਉਂਦਾ ਅਸੀਂ ਬਲੱਡ ਟੈਸਟ ਨਾਲ ਕਨਫਰਮ ਜ਼ਰੂਰ ਕਰਦੇ ਹਾਂ। ਜੇ ਤਾਂ day 2 ਜਾਂ day 3 ਐਮਬਰੀਓਜ਼ ਟ੍ਰਾਂਸਫਰ ਕੀਤੇ ਗਏ ਹੋਣ ਤਾਂ ਬਲੱਡ ਟੈਸਟ ਦੀ ਵੈਲਿਊ ਹੰਡਰਡਸ ਵਿੱਚ ਆ ਜਾਂਦੀ ਹੈ ਅਤੇ ਜੇ ਬਲਾਸਟੋਸਿਸ ਟ੍ਰਾਂਸਫਰ ਕੀਤਾ ਹੋਵੇ ਤਾਂ ਕਈ ਵਾਰੀ ਪਹਿਲੀ ਵੈਲਿਊ ਵੀ ਥਾਊਜ਼ੈਂਡਸ ਵਿੱਚ ਆਉਂਦੀ ਹੈ। ਅਸੀਂ ਇਹ ਟੈਸਟ ਬਾਰ ਬਾਰ ਰਿਪੀਟ ਨਹੀਂ ਕਰਦੇ ਅਨਲੈਸ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੋਵੇ। ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਹੋਣ ਤੋਂ ਬਾਅਦ ਜਿਹੜਾ ਹੈ 6 ਹਫ਼ਤੇ 'ਤੇ ਅਲਟਰਾਸਾਊਂਡ ਹੁੰਦਾ ਹੈ। ਅਲਟਰਾਸਾਊਂਡ 'ਤੇ ਹਾਰਟਬੀਟ ਚੈੱਕ ਕੀਤੀ ਜਾਂਦੀ ਹੈ ਔਰ ਹਾਰਟਬੀਟ ਜੇ ਆ ਜਾਂਦੀ ਹੈ ਤਾਂ ਫਿਰ ਬੀਟਾ hCG ਵੈਲਿਊ ਦੀ ਰੈਲੀਵੈਂਸ ਖਤਮ ਹੋ ਜਾਂਦੀ ਹੈ। ਪਹਿਲਾ ਸਕੈਨ ਜਿਹੜਾ ਉਹ ਬਹੁਤ ਇੰਪੋਰਟੈਂਟ ਹੁੰਦਾ ਕਿਉਂਕਿ ਇਸ ਵਿੱਚ ਅਸੀਂ ਕਿੰਨੇ ਐਮਬਰੀਓ ਪਾਏ ਗਏ ਹੈ, ਕਿੰਨੇ ਨਜ਼ਰ ਆ ਰਹੇ ਹੈ ਔਰ ਕੋਈ ਟਿਊਬ ਵਗੈਰਾ 'ਚ ਪ੍ਰੈਗਨੈਂਸੀ ਤਾਂ ਨਹੀਂ ਹੈ, ਇਹ ਸਭ ਕੁਝ ਅਸੀਂ ਚੈੱਕ ਕਰਦੇ ਹਾਂ। ਪਰ ਜੇ ਪ੍ਰੈਗਨੈਂਸੀ ਜਿਹੜੀ ਅਲਟਰਾਸਾਊਂਡ 'ਤੇ ਨਜ਼ਰ ਨਹੀਂ ਆ ਰਹੀ ਹੈ ਤਾਂ ਫਿਰ ਬਲੱਡ ਟੈਸਟ ਕੀਤਾ ਜਾਂਦਾ ਟੂ ਕਨਫਰਮ ਕਿ ਕੀ ਇਹ ਠੀਕ ਵਧਿਆ ਸੀ ਜਾਂ ਨਹੀਂ ਵਧਿਆ ਸੀ। ਹੁਣ ਬੀਟਾ hCG ਜਿਹੜਾ ਹੈਗਾ ਟੈਸਟ ਸਾਡੇ ਡਾਕਟਰਸ ਲਈ ਹੋਰ ਤਰੀਕੇ ਨਾਲ ਵੀ ਕੰਮ ਆਉਂਦਾ, ਜਿੱਦਾਂ ਕਿ ਅਸੀਂ ਜਿਹੜਾ hCG ਟ੍ਰਿਗਰ ਦਿੰਦੇ ਹਾਂ ਉਹ ਵੀ ਅਸੀਂ ਕਈ ਵਾਰੀ ਬਲੱਡ ਟੈਸਟ ਤੋਂ ਚੈੱਕ ਕਰਦੇ ਹਾਂ ਕਿ ਇਹ ਜਿਹੜਾ ਹੈ ਪੋਜ਼ਿਟਿਵ ਆ ਰਿਹਾ ਹੈ ਜਾਂ ਨਹੀਂ ਆ ਰਿਹਾ, ਸਾਡੇ ਟੀਕੇ ਨੇ ਅਸਰ ਕੀਤਾ ਹੈ ਜਾਂ ਨਹੀਂ ਕੀਤਾ। ਕਈ ਵਾਰੀ ਪੇਸ਼ੈਂਟਸ ਕਹਿੰਦੇ ਹਨ ਕਿ ਅਸੀਂ IVF ਕਰਵਾਇਆ ਔਰ ਸਾਡਾ ਬਲੱਡ ਟੈਸਟ ਜਿਹੜਾ ਹੈਗਾ ਉਹਦੀ ਵੈਲਿਊ ਘੱਟ ਆਈ ਤਾਂ ਸਾਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਇਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਅਸੀਂ ਇਹਨੂੰ ਹੁਣ ਲੈ ਕੇ ਕੀ ਕਰੀਏ। ਇੱਕ ਬੀਟਾ hCG ਵੈਲਿਊ ਜਿਹੜੀ ਰਿਪੋਰਟ ਹੈ ਉਹਦੇ 'ਤੇ ਕੁਛ ਵੀ ਕਹਿਣਾ ਬੜਾ ਔਖਾ ਹੈ। ਜਦੋਂ ਅਸੀਂ ਦੂਸਰੀ ਵੈਲਿਊ ਕਰਦੇ ਹਾਂ ਔਰ ਉਹਦਾ ਪਿਛਲੀ ਵਾਲੀ ਨਾਲ ਕੋਰਿਲੇਸ਼ਨ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਵੱਧ ਰਹੀ ਹੈ। ਜੇ ਤਾਂ ਰਾਈਜ਼ਿੰਗ ਵੈਲਿਊ ਹੈ ਫਿਰ ਕਾਫੀ ਰੀਅਸ਼ੋਰਿੰਗ ਹੈ ਔਰ ਜੇ ਡਬਲ ਹੋ ਰਹੀ ਹੈ ਤਾਂ ਬਿਲਕੁਲ ਹੀ ਰੀਅਸ਼ੋਰਿੰਗ ਹੈ।
IVF pregnancies which beta hCG value as low as 25, 27 ya kai vari 15 ede te vi live birth dekhe gaye han par is tarah kehna bada mushkil hai ki eh negative hai hone da kuch nahi ho sakda jab tak assi eh value repeat nahi karde ik tike hunde han jehde hCG de tike hunde han jehde loki aam karke doctors pregnancy vich lagande han pregnancy nu support karan layi ਉਹਦੇ ਨਾਲ ਵੀ ਕਈ ਵਾਰੀ ਬਲੱਡ ਟੈਸਟ ਵੈਲਿਊ ਪੋਜ਼ਿਟਿਵ ਆ ਜਾਂਦੀ ਹੈ ਫੋਰ ਐਗਜ਼ਾਮਪਲ IVF ਹੋਇਆ ਐਂਬਰੀਓ ਟ੍ਰਾਂਸਫਰ ਹੋਇਆ ਤੇ ਜੇ ਉਸ ਤੋਂ ਬਾਅਦ hCG ਦੇ ਟੀਕੇ ਲੱਗੇ ਹਨ ਤਾਂ ਜਿਹੜੀ hCG ਦੀ ਬਲੱਡ ਟੈਸਟ ਵੈਲਿਊ ਹੈ ਉਹ ਰੀਅਲ ਵੈਲਿਊ ਨਹੀਂ ਹੁੰਦੀ ਉਹ ਫਾਲਟੀ ਵੈਲਿਊ ਹੁੰਦੀ ਹੈ ਕਿਉਂਕਿ ਕੁਝ ਵੈਲਿਊ ਤਾਂ ਬਲੱਡ ਟੈਸਟ ਦੇ ਇਸ ਲਈ ਰਾਈਜ਼ ਹੋ ਜਾਂਦੀ ਹੈ ਕਿਉਂਕਿ ਟੀਕੇ ਲੱਗੇ ਹੋਏ ਹੁੰਦੇ ਹਨ ਸੋ ਜਦੋਂ ਵੀ ਅਸੀਂ ਕੋਈ ਵੀ ਬੀਟਾ hCG ਵੈਲਿਊ ਨੂੰ ਕੋਰੀਲੇਟ ਕਰਦੇ ਹਾਂ ਕਲੀਨਿਕਲੀ ਤਾਂ ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਕਿਤੇ hCG ਦੇ ਟੀਕੇ ਤਾਂ ਨਹੀਂ ਲੱਗੇ ਸਨ ਕਿਉਂਕਿ ਪ੍ਰੈਗਨੈਂਸੀ ਨਾ ਹੁੰਦੇ ਹੁੰਦੇ ਵੀ hCG ਦੇ ਟੀਕੇ ਲਗਾਉਣ ਕਰਕੇ hCG ਵੈਲਿਊ ਪੋਜ਼ਿਟਿਵ ਆ ਸਕਦੀ ਹੈ ਹੁਣ ਕੁਝ ਪੇਸ਼ੈਂਟਸ ਹੁੰਦੇ ਹਨ ਜਿਨ੍ਹਾਂ ਵਿੱਚ ਪ੍ਰੈਗਨੈਂਸੀ ਜਿਹੜੀ ਹੈਗੀ ਆ ਉਹ ਬਲੱਡ ਵਿੱਚ ਆ ਜਾਂਦੀ ਹੈ ਪਰ ਸਕੈਨ ਵਿੱਚ ਕੁਝ ਨਜ਼ਰ ਨਹੀਂ ਆਉਂਦਾ ਟਿਊਬ ਵਿੱਚ ਵੀ ਨਹੀਂ ਹੁੰਦੀ ਕਿਤੇ ਵੀ ਨਹੀਂ ਹੁੰਦੀ ਤਾਂ ਅਸੀਂ ਇਹਨੂੰ ਆਪਣੀ ਲੈਂਗੁਏਜ ਵਿੱਚ ਬਾਇਓਕੈਮੀਕਲ ਪ੍ਰੈਗਨੈਂਸੀ ਕਹਿੰਦੇ ਹਾਂ ਜਿਸ ਦਾ ਮਤਲਬ ਹੈ ਕਿ ਪ੍ਰੈਗਨੈਂਸੀ ਹੋ ਗਈ ਮਗਰ ਸਿਰਫ ਬਲੱਡ ਵਿੱਚ ਹੀ ਰਹਿ ਗਈ ਉਹਨੂੰ ਅਸੀਂ ਕਿਸੇ ਵੀ ਕਲੀਨਿਕਲ ਰੂਪ ਤੇ ਨਹੀਂ ਦੇਖਿਆ ਉਸ ਤੋਂ ਬਾਅਦ ਜਦੋਂ ਜੇ ਸੈਕ ਨਜ਼ਰ ਆ ਜਾਂਦੀ ਹੈ ਤਾਂ ਇਹ ਕਲੀਨਿਕਲ ਪ੍ਰੈਗਨੈਂਸੀ ਬਣ ਜਾਂਦੀ ਹੈ ਸੋ ਹਰ ਇੱਕ ਅਲਟਰਾਸਾਊਂਡ ਨੂੰ ਬਲੱਡ ਟੈਸਟ ਵੈਲਿਊ ਨਾਲ ਕੋਰੀਲੇਟ ਕਰਨਾ ਔਰ ਹਰ ਇੱਕ ਬਲੱਡ ਟੈਸਟ ਵੈਲਿਊ ਨੂੰ ਅਲਟਰਾਸਾਊਂਡ ਨਾਲ ਕੋਰੀਲੇਟ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੁਝ ਪੇਸ਼ੈਂਟਸ ਬੀਟਾ hCG ਵੈਲਿਊ ਕਰਾਉਂਦੇ ਹਨ ਉਹ ਬਹੁਤ ਹਾਈ ਆਉਂਦੀ ਹੈ ਪਰ ਸਕੈਨ 'ਤੇ ਹਾਰਟਬੀਟ ਨਹੀਂ ਨਜ਼ਰ ਆ ਰਹੀ ਹੁੰਦੀ ਤਾਂ ਸਾਨੂੰ ਇਹ ਸਮਝਾਉਣਾ ਥੋੜ੍ਹਾ ਡਿਫਿਕਲਟ ਹੋ ਜਾਂਦਾ ਹੈ ਕਿ ਬਲੱਡ ਵੈਲਿਊ ਹੀ ਰਹੇਗੀ ਪਰ ਅਲਟਰਾਸਾਊਂਡ ਵੀ ਇਕੁਅਲੀ ਇੰਪੋਰਟੈਂਟ ਹੈ ਅਲਟਰਾਸਾਊਂਡ 'ਤੇ ਹਾਰਟਬੀਟ ਆ ਗਈ ਤਾਂ ਬਲੱਡ ਟੈਸਟ ਵੈਲਿਊ ਕਿੰਨੀ ਵੀ ਹੈ ਉਹ ਇਨਸਿਗਨੀਫਿਕੈਂਟ ਹੋ ਜਾਂਦੀ ਹੈ ਦੋਨਾਂ ਦਾ ਆਪਸ ਵਿੱਚ ਕੋਰੀਲੇਸ਼ਨ ਬਹੁਤ ਇੰਪੋਰਟੈਂਟ ਹੈ hCG ਨੂੰ ਲੈ ਕੇ ਇੱਕ ਹੋਰ ਜਿਹੜਾ ਹੈਗਾ ਕੁਐਸਚਨ ਜਿਹੜਾ ਹੈਗਾ ਬਹੁਤ ਕਾਮਨਲੀ ਪੇਸ਼ੈਂਟਸ ਪੁੱਛਦੇ ਹਨ ਕਿ ਜਿੱਦਾਂ ਕਿ ਐਕਟੋਪਿਕ ਪ੍ਰੈਗਨੈਂਸੀ ਹੁੰਦੀ ਹੈ ਉਹਦੇ ਵਿੱਚ hCG ਵੈਲਿਊ ਦੀ ਬਹੁਤ ਸਾਰੀ ਰੈਲੇਵੈਂਸ ਹੁੰਦੀ ਹੈ ਕਿਉਂਕਿ ਸਾਡਾ ਫੋਲੋ ਅਪ ਹੀ hCG ਵੈਲਿਊ 'ਤੇ ਰਹਿੰਦਾ ਹੈ ਜਿੱਦਾਂ ਕਿ ਫੋਰ ਐਗਜ਼ਾਮਪਲ ਜੇ ਅਸੀਂ ਕਿਸੇ ਪੇਸ਼ੈਂਟ ਨੂੰ ਟੀਕਿਆਂ ਨਾਲ ਐਕਟੋਪਿਕ ਪ੍ਰੈਗਨੈਂਸੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਅਸੀਂ hCG ਵੈਲਿਊ ਹਰ ਤੀਜੇ ਤੋਂ ਚੌਥੇ ਦਿਨ ਕਰਵਾਉਂਦੇ ਹਾਂ ਅਤੇ ਉਹਦਾ ਜਿਹੜਾ ਰੇਟ ਆਫ ਫਾਲ ਹੈ ਉਹ ਕੈਲਕੂਲੇਟ ਕਰਦੇ ਹਾਂ ਜਿਹਦੇ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਹਾਂ ਜਿਹੜਾ ਅਸੀਂ ਮੀਥੋਟ੍ਰੈਕਸੇਟ ਦਾ ਟੀਕਾ ਦਿੱਤਾ ਹੈ ਉਹ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਸੋ ਉਹਦੇ ਵਿੱਚ ਕੁਝ ਕੈਲਕੂਲੇਸ਼ਨ ਹੁੰਦੀ ਹੈ ਜਿਹਦੇ ਤੋਂ ਅਸੀਂ ਰੇਟ ਆਫ ਫਾਲ ਜਿਹੜਾ ਹੈ ਉਹ ਮੈਜਰ ਕਰ ਸਕਦੇ ਹਾਂ ਅਤੇ ਅਸੀਂ ਦੱਸ ਸਕਦੇ ਹਾਂ ਕਿ ਹਾਂ ਸਾਡਾ ਜਿਹੜਾ ਟੀਕਾ ਕੰਮ ਕਰ ਰਿਹਾ ਹੈ ਜਾਂ ਪੇਸ਼ੈਂਟ ਨੂੰ ਸਰਜਰੀ ਕਰਵਾਉਣ ਦੀ ਲੋੜ ਹੈ ਬਹੁਤ ਜ਼ਿਆਦਾ ਥਾਊਜ਼ੈਂਡਸ ਅਤੇ ਲੈਕਸ ਵਿੱਚ ਜਿਹੜੀ ਵੈਲਿਊ ਹੁੰਦੀ ਹੈ ਉਹਦੇ ਵਿੱਚ ਕਈ ਵਾਰੀ ਟੀਕਾ ਲਗਾਉਣ ਦੀ ਸਲਾਹ ਹੀ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਦਾ ਕੰਮ ਕਰਨ ਦੀ ਜਿਹੜੀ ਪ੍ਰੋਬੇਬਿਲਿਟੀ ਉਹ ਬਹੁਤ ਘੱਟ ਹੈ ਜੇ 5000 ਤੋਂ ਘੱਟ ਹੋਵੇ hCG ਵੈਲਿਊ ਐਕਟੋਪਿਕ ਪ੍ਰੈਗਨੈਂਸੀ ਵਿੱਚ ਤਾਂ ਉਹਦੇ ਵਿੱਚ ਟੀਕੇ ਦਾ ਕੰਮ ਕਰਨ ਦਾ ਕਾਫੀ ਰੈਲੇਵੈਂਸ ਹੈ ਇੱਕ ਹੋਰ ਚੀਜ਼ ਹੈ ਕਈ ਵਾਰੀ ਪੇਸ਼ੈਂਟਸ ਜਿਹੜੇ ਹੈਗੇ ਆ ਉਹਨਾਂ ਨੇ ਸਫਾਈ ਕਰਾਈ ਹੁੰਦੀ ਹੈ ਪਰ ਉਹ ਬਾਰ ਬਾਰ ਘਰ ਯੂਰਿਨ ਟੈਸਟ ਕਿੱਟ ਨਾਲ ਦੇਖ ਰਹੇ ਹੁੰਦੇ ਆ ਕਿ ਇਹ ਹੁਣ ਨੈਗੇਟਿਵ ਨਹੀਂ ਹੋ ਰਿਹਾ ਇਹਦਾ ਮਤਲਬ ਹੈ ਅੰਦਰ ਕੁਝ ਰਹਿ ਗਿਆ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਅਸੀਂ ਇਹ ਦੱਸਿਆ ਕਿ ਇਹ ਵੈਲਿਊ ਜਿਹੜੀ ਹੈਗੀ ਹੈ ਉਹ 48 ਆਵਰਸ ਵਿੱਚ ਡਬਲ ਹੋ ਰਹੀ ਹੈ ਉਸੇ ਤਰ੍ਹਾਂ ਹੀ ਇਹ 48 ਆਵਰਸ ਵਿੱਚ ਹੀ ਹਾਫ ਹੋ ਕੇ ਹੌਲੀ ਹੌਲੀ ਘਟਦੀ ਹੈ ਜਦ ਤੱਕ ਇਹ ਵੈਲਿਊ 30 ਤੋਂ ਘੱਟ ਨਹੀਂ ਹੋ ਜਾਂਦੀ ਤਦ ਤੱਕ ਯੂਰਿਨ ਟੈਸਟ ਦਾ ਨੈਗੇਟਿਵ ਆਉਣਾ ਪੋਸੀਬਲ ਨਹੀਂ ਹੈ ਇਸ ਕਰਕੇ ਕਈ ਵਾਰੀ 15 ਤੋਂ 20 ਦਿਨ ਵੀ ਲੱਗ ਜਾਂਦੇ ਹੈ ਜਿਸ ਪੇਸ਼ੈਂਟ ਦੀ ਸਫਾਈ ਠੀਕ ਠਾਕ ਵੀ ਹੋ ਗਈ ਹੈ ਉਸ ਵਿੱਚ ਵੀ ਇਹਦੀ ਵੈਲਿਊ ਘਟਣ 'ਚ ਕਾਫੀ ਸਾਰਾ ਟਾਈਮ ਲੱਗ ਜਾਂਦਾ ਹੈ 15 ਤੋਂ 20 ਦਿਨ ਬਾਅਦ ਜਿਹੜਾ ਹੈਗਾ ਯੂਰਿਨ ਟੈਸਟ ਦੀ ਰੈਲੇਵੈਂਸ ਰਹਿ ਜਾਂਦੀ ਹੈ ਸੋ ਆਪਣੇ ਆਪ ਟੈਸਟ ਕਰਕੇ ਅਤੇ ਆਪਣੇ ਆਪ ਸਮਝਣ ਦੀ ਕੋਸ਼ਿਸ਼ ਕਰਨ ਨਾਲੋਂ ਬੈਟਰ ਹੈ ਕਿ ਇੱਕ ਡਾਕਟਰੀ ਸਲਾਹ ਲਈ ਜਾਏ ਔਰ ਉਸ ਜਿਹੜੀ ਹੈਗੀ ਹੈ ਟੈਨਸ਼ਨ ਨੂੰ ਡਾਕਟਰੀ ਸਲਾਹ ਨਾਲ ਦੂਰ ਕੀਤਾ ਜਾਏ ਸੋ ਆਈ ਹੋਪ ਕਿ hCG ਵੈਲਿਊ ਤੋਂ ਰਿਲੇਟਡ ਜਿਹੜੇ ਮਿਥਸ ਜਿਹੜੇ ਹੈਗੇ ਆ ਜਾਂ ਸਾਡੇ ਦਿਮਾਗ ਵਿੱਚ ਕੁਝ ਸਵਾਲ ਹੈਗੇ ਆ ਉਹ ਇਸ ਵੀਡੀਓ ਦੇ ਮਾਧਿਅਮ ਤੋਂ ਸਾਡੇ ਦਿਮਾਗ ਵਿੱਚ ਕਲੀਅਰ ਹੋਏ ਹੋਣਗੇ ਅਤੇ ਜੇ ਫਿਰ ਵੀ ਸਾਡੇ ਦਿਮਾਗ ਵਿੱਚ ਕੋਈ ਕੁਐਸਚਨ ਹੈ ਜਿਹੜਾ ਅਸੀਂ ਡਾਕਟਰ ਤੋਂ ਪੁੱਛਣਾ ਚਾਹੁੰਦੇ ਹਾਂ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰੋ ਤਾਂ ਅਸੀਂ ਇਸ ਚੀਜ਼ ਦਾ ਜਵਾਬ ਜ਼ਰੂਰ ਦੇਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ